ਇੱਕ ਦਫ਼ਾ ਦਾ ਜ਼ਿਕਰ ਗੰਧਰਵ ਲੋਕ ਵਿੱਚ ਗੰਧਰਵ ਦੇਵਤਿਆਂ ਨੇ ਇੱਕ ਸਭਾ ਰੱਖੀ ਜਿਹਦੇ ਵਿੱਚ ਰਾਜਾ ਜਨਕ ਜੀ ਦੀ ਸ਼ਮੂਲੀਅਤ ਵੀ ਜ਼ਰੂਰੀ ਸਮਝੀ। ਉਹਨਾਂ ਪ੍ਰਾਰਥਨਾ ਕੀਤੀ, ਪ੍ਰਾਰਥਨਾ ਨਾਲ ਉਹਨਾਂ ਦੀ ਸਵੀਕਾਰ ਦੇ ਨਿਯਤ ਦਿਨ ਦੇ ਉੱਪਰ ਆ ਭਗਵਾਨ ਦੇ ਰਸਤੇ ਆਕਾਸ਼ ਰਾਹੀਂ ਗੰਧਰਵ ਲੋਕ ਨੂੰ ਚੱਲੇ ਹਨ। ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਬਿਲ ਲਾਵਨ ਜੀ ਨਰਕ ਨਿਵਾਸੀ। ਰਸਤੇ ਦੇ ਵਿੱਚ ਜਿਵੇਂ ਆਕਾਸ਼ ਦੇ ਰਾਹੀਂ ਹਵਾਈ ਜਹਾਜ਼ ਜਾਂਦੇ ਹਨ ਬਾਹਰਲੇ ਮੁਲਕਾਂ ਨੂੰ, ਰਸਤੇ ਦੇ ਵਿੱਚ ਅਨੇਕਾਂ ਸ਼ਹਿਰ ਆਉਂਦੇ ਹਨ, ਦਿਨੇ ਵੀ ਹੇਠਾਂ ਦੇਖਿਆ ਦੀਦੇ ਹਨ ਔਰ ਰਾਤ ਦੇ ਵਕਤ ਵੀ ਬਹੁਤ ਸਾਰੀ ਲਾਈਟ ਜਿਵੇਂ ਜਿਵੇਂ ਸਭ ਨਜ਼ਰ ਆਉਂਦੀ ਹੈ। ਇਸੀ ਤਰ੍ਹਾਂ ਹੀ ਆਕਾਸ਼ ਦੇ ਰਸਤੇ ਜਦੋਂ ਗੰਧਰਵ ਲੋਕ ਨੂੰ ਜਾਣਾ ਸੀ, ਰਸਤੇ ਦੀ ਸੰਯਮ ਨਹੀਂ ਪੂਰੀ ਆਉਂਦੀ ਹੈ ਜਿਸ ਨੂੰ ਨਰਕ ਕਹਿੰਦੇ ਹਨ। ਉੱਥੋਂ ਦੀ ਲੰਘਣ ਲੱਗੇ ਪਾਸ ਦੀ ਆਵਾਜ਼ ਕੰਨ ਵਿੱਚ ਪਈ ਰੋਣ ਧੋਣ ਦੀ, ਦੁੱਖ ਭਰੀ ਆਵਾਜ਼ ਸੁਣ ਕੇ ਚਿੱਤ ਵਿੱਚ ਕਰੁਣਾ ਆਈ, ਦਇਆ ਆਈ। ਪੁੱਛਣ ਲੱਗੇ ਗੰਧਰਵਾਂ ਨੂੰ ਜਿਹੜੇ ਦੇਵਤੇ ਬਵਾਨਾ ਵਾਲੇ ਸਨ ਵੀ ਇਹ ਆਵਾਜ਼ ਕੈਸੀ ਹੈ ਦੁੱਖ ਭਰੀ। ਉਹ ਕਹਿਣਗੇ ਮਹਾਰਾਜ ਜੀ ਸੰਯਮ ਨਹੀਂ ਪੂਰੀ ਹੈ, ਇਸ ਦੇ ਵਿੱਚ ਨਾਰਕੀ ਜੀਵਾਂ ਨੂੰ ਸਜ਼ਾਵਾਂ ਮਿਲਦੀਆਂ ਜਿਨ੍ਹਾਂ ਨੇ ਮਾਤ ਲੋਕ ਵਿੱਚ ਜਾ ਕੇ ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਚੱਲ ਕੇ ਬੁਰਾਈਆਂ ਕੀਤੀਆਂ, ਗੁਨਾਹ ਕੀਤੇ, ਗੁਰੂ ਦੀ ਬੰਦਗੀ ਨੇ ਕੀ ਆਦਕ ਨਹੀਂ ਕੀਤੀ, ਉਹਨਾਂ ਨੂੰ ਇੱਥੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਪਰਮੇਸ਼ਰ ਨੇ ਇਹ ਥਾਂ ਉਹਨਾਂ ਵਾਸਤੇ ਹੀ ਮੁਕਰਰ ਕੀਤੀ ਹੈ। ਚਿੱਤ ਵਿੱਚ ਰਹਿਮ ਆ ਗਿਆ, ਸੋਚਿਆ ਇਹ ਜਿਹੜੇ ਦੁਖੀ ਹਨ, ਰੋਂਦੇ ਹਨ, ਥੋਂਦੇ ਹਨ, ਹੈ ਕੁਰਲਾਟ ਕਰਦੇ ਹਨ, ਇਹਨਾਂ ਨੂੰ ਛੁਡਾ ਦਿੱਤਾ ਜਾਵੇ। ਕਿਉਂਕਿ ਜਿਹੜਾ ਹਿਰਦਾ ਨਰਮ ਹੋਇਆ ਹੁੰਦਾ ਹੈ ਉਸਦੇ ਚਿੱਤ ਵੀ ਜਲਦੀ ਕਰਨਾ ਆ ਜਾਂਦੀ ਹੈ। ਸੋ ਫਿਰ ਸੋਚਿਆ ਕਿਵੇਂ ਛੁਡਾਈਏ, ਇਹ ਮਰਿਆਦਾ ਧਰਮ ਰਾਜਾ ਦੇ ਹੱਥ ਹੈ। ਧਰਮ ਰਾਜਾ ਉਹ ਦੇਵਤਾ ਹੈ ਜੋ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੋਇਆ। ਧਰਮ ਰਾਜਾ ਨੂੰ ਹੁਕਮ ਹੈ ਪੂਰਾ ਪੂਰਾ ਨਿਆਂ ਕਰੀ, ਉਹ ਪੂਰਾ ਪੂਰਾ ਇਨਸਾਫ ਕਰਦਾ ਹੈ। ਬੇਇਨਸਾਫੀ ਕਰਨ ਦਾ ਹੁਕਮ ਨਹੀਂ ਬਿਲਕੁਲ। ਦੁਨਿਆਵੀ ਸਰਕਾਰਾਂ ਵਿੱਚ ਬੇਇਨਸਾਫੀ ਹੋ ਸਕਦੀ ਹੈ, ਹੁੰਦੀ ਹੋਣੀ ਹੈ ਬਹੁਤ, ਲੇਕਿਨ ਧਰਮ ਰਾਜਾ ਨੂੰ ਪੂਰਾ ਪੂਰਾ ਨਿਆਂ ਕਰਨ ਦਾ ਹੁਕਮ ਹੈ। ਇਸ ਵਾਸਤੇ ਇਹਨਾਂ ਨੇ ਜਨਕ ਜੀ ਜੋ ਕਿ ਬ੍ਰਹਮ ਗਿਆਨੀ ਸਨ, ਜਿਤਨੀਆਂ ਰੂਹਾਨੀ ਸਟੇਜਿਸ ਹਨ ਬ੍ਰਹਮ ਗਿਆਨ ਤੋਂ ਸਭ ਨੀਚੇ ਹਨ। ਬ੍ਰਹਮ ਗਿਆਨੀ ਉਸ ਪੁਰਸ਼ ਨੂੰ ਕਹਿੰਦੇ ਜੋ ਪ੍ਰਭੂ ਵਿੱਚ ਮਿਲਿਆ ਹੋਇਆ ਹੈ, ਜਿਵੇਂ ਬੂੰਦ ਸਮੁੰਦਰ ਵਿੱਚ ਮਿਲੀ ਹੁੰਦੀ ਹੈ, ਭਿੰਨ ਭੇਦ ਨਹੀਂ ਹੁੰਦਾ। ਉਸ ਤੋਂ ਉੱਚੀ ਰੂਹਾਨੀ ਸਟੇਜ ਕੋਈ ਵੀ ਨਹੀਂ ਹੈ। ਸੋ ਇਸ ਕਰਕੇ ਜਨਕ ਜੀ ਨੇ ਸੋਚਿਆ ਵੀ ਚਲੋ ਧਰਮ ਰਾਜਾ ਨੂੰ ਕਹਿ ਕੇ ਇਹਨਾਂ ਬੇਚਾਰੇ ਗਰੀਬਾਂ ਨੂੰ ਛੁਡਾ ਦੀਏ, ਚੰਗੀ ਗੱਲ ਹੈ। ਹੁਣ ਭਗਵਾਨ ਉੱਥੇ ਖੜਾ ਕਰਕੇ ਧਰਮ ਰਾਜਾ ਦੇ ਪਾਸ ਜਨਕ ਜੀ ਚੱਲੇ, ਜਿੱਥੇ ਜਿਸ ਬੰਗਲੇ ਵਿੱਚ ਉਹਨਾਂ ਦੀ ਰਹਿਸ਼ ਸੀ। ਪਤਾ ਲੱਗਾ ਧਰਮ ਰਾਜਾ ਨੂੰ ਵੀ ਰਾਜਾ ਜਨਕ ਜੀ ਬ੍ਰਹਮ ਗਿਆਨੀ ਉਹ ਆਏ ਹਨ, ਝੱਟ ਹੀ ਆਪਣੇ ਅੰਦਰੋਂ ਉੱਠਿਆ ਪਤਾ ਲੱਗਣ ਕਰਕੇ। ਦੌੜ ਕੇ ਬਾਹਰ
ਰਿਸੈਪਸ਼ਨ ਵਾਸਤੇ ਆਇਆ, ਆ ਕੇ ਚਰਨੀ ਲੱਗਿਆ, ਬੜੀ ਕਿਰਪਾ ਕੀਤੀ, ਆਪਨੇ ਦਰਸ਼ਨ ਦਿੱਤੇ। ਇਸੀ ਅਸ਼ਟ ਦੇ ਵਿੱਚ ਗੁਰੂ ਜੀ ਨੇ ਕਥਨ ਕੀਤਾ ਹੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਉਹ ਧਰਮ ਰਾਜਾ ਜੋ ਪੁੰਨੀ ਪੁਰਸ਼ਾਂ ਨੂੰ ਪੁੰਨ ਲੋਕਾਂ ਵਿੱਚ ਭੇਜਦਾ ਹੈ, ਉਹਦਾ ਫਲ ਸੁਖ ਭੋਗਣ ਵਾਸਤੇ, ਔਰ ਪਾਪੀਆਂ ਨੂੰ ਦੋਜ਼ਖ ਨਰਕ ਆਦਿ ਵਿੱਚ ਭੇਜਦਾ ਹੈ ਦੁੱਖ ਭੁਗਤਾਉਣ ਵਾਸਤੇ। ਉਹ ਧਰਮ ਰਾਜਾ ਪੁਰਖ ਦੇ ਪਿਆਰਿਆਂ ਦਾ ਸੇਵਾਦਾਰ ਹੈ। ਇਉਂ ਕਥਨ ਕੀਤਾ। ਜਿਸ ਵਕਤ ਜਨਕ ਜੀ ਬ੍ਰਹਮਗਿਆਨੀ ਪਹੁੰਚੇ ਇਸਦੇ ਆਸਣ ਤੇ, ਉਸ ਮੌਕੇ ਧਰਮ ਰਾਜਾ ਨੂੰ ਪਤਾ ਲੱਗਿਆ, ਬੜੀ ਜਲਦੀ ਅੰਦਰੋਂ ਆਇਆ, ਆ ਕੇ ਜਨਕ ਜੀ ਨੂੰ ਨਮਸਕਾਰ ਕੀਤੀ, ਕਿਹਾ ਬੜੀ ਕਿਰਪਾ ਕੀਤੀ, ਆਪਨੇ ਦਰਸ਼ਨ ਦਿੱਤੇ ਔਰ ਮੇਰਾ ਗ੍ਰਹਿ ਪਵਿੱਤਰ ਕੀਤਾ। ਸਵਯੋਂ ਲੈ ਗਿਆ ਆਪਣੇ ਆਸਣ ਤੇ, ਬਿਠਾਇਆ, ਗੱਲਬਾਤ ਸ਼ੁਰੂ ਹੋਈ। ਕੋਈ ਸੇਵਾ ਦੱਸੋ, ਇਹ ਕਹਿਦਾ ਜੀ ਕਿਸੇ ਦੇ ਘਰ ਕੋਈ ਜਾਵੇ, ਸੇਵਾ ਪੁੱਛੀਂਦੀ ਹੈ। ਸੇਵਾ ਪੁੱਛਣ ਲੱਗਾ ਧਰਮ ਰਾਜਾ ਜਨਕ ਜੀ ਨੂੰ। ਇਹ ਸੁਣ ਕੇ ਜਨਕ ਜੀ ਕਹਿਣ ਲੱਗੇ, ਧਰਮ ਰਾਜ ਆਪਣੇ ਵਾਸਤੇ ਤਾਂ ਮੈਨੂੰ ਕੋਈ ਇੱਛਾ ਹੈ ਹੀ ਨਹੀਂ, ਸ਼ਾਸਨ ਜਿਹੜਾ ਬ੍ਰਹਮ ਸਥਿਤੀ ਵਾਲਾ ਪੁਰਸ਼ ਹੈ ਉਹਦੀਆਂ ਸਾਰੀਆਂ ਇੱਛਾ ਸ਼ਾਂਤ ਹੋਈਆਂ ਹੁੰਦੀਆਂ। ਤਤ ਗਿਆਨ ਵਾਸ਼ਨਾ ਹੈ ਮਨੋਨਾਸ, ਉੱਥੇ ਮਨ ਉਰੇ ਵੀ ਨਾਸ ਹੋ ਜਾਂਦੇ ਹਨ, ਪਰ ਵਾਸ਼ਨਾ ਤਾਂ ਉੱਥੇ ਕਿੱਥੇ ਠਹਿਰ ਸਕਦੀ ਹੈ ਜੋ ਐਸੀ ਅਵਸਥਾ ਹੋਵੇ। ਸੋ ਜੇ ਕੁਛ ਹੁੰਦਾ ਵੀ ਹੈ ਉੱਥੇ ਥੋੜ੍ਹਾ ਬਹੁਤ ਖਿਆਲ, ਤਾਂ ਬ੍ਰਹਮ ਗਿਆਨੀ ਪਰ ਪੁਕਾਰੋ ਮਹਾ, ਇਹ ਜ਼ਰੂਰ ਹੁੰਦਾ ਪਰਾਏ ਦੇ ਭਲੇ ਦਾ ਖਿਆਲ। ਸੋ ਇਹ ਸੁਣ ਕੇ ਕਹਿਣ ਲੱਗੇ ਧਰਮ ਰਾਜ, ਆਪਣੇ ਵਾਸਤੇ ਤਾਂ ਮੈਨੂੰ ਇੱਛਾ ਹੀ ਕੋਈ ਨਹੀਂ, ਹਾਂ ਪਰ ਜੇਕਰ ਤੂੰ ਸੇਵਾ ਕਰਨੀ ਹੀ ਚਾਹੁੰਦਾ ਹੈ, ਤੇਰੇ ਜਿੱਤ ਵਿੱਚ ਇਹ ਖਿਆਲ ਹੈ, ਤਾਂ ਮੈਂ ਚਾਹੁੰਦਾ ਇਹ ਜਿਹੜੇ ਨਾਰਕੀ ਜੀਵ ਜਿਹਨਾਂ ਨੂੰ ਬੇਅੰਤ ਕਿਸਮ ਦੀਆਂ ਸਜ਼ਾਵਾਂ ਮਿਲਦੀਆਂ ਹਨ, ਬਹੁਤ ਦੁੱਖ ਔਰ ਕਸ਼ਟ ਮਿਲ ਰਹੇ ਹਨ, ਭਾਵੇਂ ਆਪਣੇ ਕੀਤੇ ਕਰਮਾਂ ਦਾ ਫਲ ਹੈ, ਪਰ ਜੇ ਤੂੰ ਸੇਵਾ ਕਰਨੀ ਚਾਹੁੰਦਾ ਇਹਨਾਂ ਨੂੰ ਛੱਡ ਦੇ। ਧਰਮ ਰਾਏ ਨੂੰ ਆਖਿਓ ਸਭਨਾਂ ਦੀ ਕਰਬੰਧ ਫਲਾਸੀ। ਧਰਮ ਰਾਜਾ ਨੂੰ ਕਹਿਣ ਲੱਗੇ ਜਨਕ ਜੀ, ਜੇਕਰ ਕੋਈ ਸੇਵਾ ਕਰਨੀ ਚਾਹੁੰਦਾ ਹੈ, ਬਸ ਮੈਂ ਇਹ ਕੁਛ ਚਾਹੁੰਦਾ, ਇਹ ਜਿਤਨੇ ਨਾਰਕੀ ਜੀਵ 84 ਨਰਕ ਛੋਟੇ ਵੱਡੇ 18 ਵੱਡੇ ਵੱਡੇ ਹਨ, ਇੱਕ ਇੱਕ ਨਰਕ ਚ ਪਤਾ ਨਹੀਂ ਕਿੰਨੇ ਕਿੰਨੇ ਜੀਵ ਹਨ, ਸੋ ਇਹਨਾਂ ਸਾਰਿਆਂ ਨੂੰ ਛੋੜ ਦੇ, ਇਹ ਮੈਂ ਕੁਛ ਚਾਹੁੰਦਾ ਹਾਂ, ਜੇ ਸੇਵਾ ਕਰਨੀ ਚਾਹੁੰਦਾ ਤਾਂ ਇਹ ਕਰ। ਜਦੋਂ ਇੰਨੀ ਗੱਲ ਕਹੀ, ਧਰਮ ਰਾਜਾ ਬੜਾ ਚਿੰਤਾਤੁਰ ਹੋਇਆ, ਬੜਾ ਫਿਕਰ ਵਿੱਚ ਗੁਲਤਾਨ ਹੋਇਆ ਵੀ ਅਚਰਜ ਗੱਲ ਹੈ, ਕਿਹੋ ਜਿਹੀ ਸੇਵਾ ਦੱਸੀ ਜਿਹੜੀ ਮੇਰੀ ਪਹੁੰਚ ਤੋਂ ਪਰੇ ਹੈ। ਅਖੀਰ ਕਹਿਣ ਲੱਗਾ, ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਉਠਾ ਕੇ ਅਵਿਨਾਸ਼ੀ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੈਂ ਪ੍ਰਭੂ ਅੰਤਰਯਾਮੀ ਦਾ ਇੱਕ ਅਦਨਾਜਾ ਸੇਵਾਦਾਰ ਹਾਂ, ਮੈਨੂੰ ਇਸ ਕੁਰਸੀ ਤੇ ਨਿਆਂ ਤੇ ਬਿਠਾਇਆ ਹੈ, ਪੂਰਾ ਪੂਰਾ ਇਨਸਾਫ ਕਰਨ ਵਾਸਤੇ ਮੈਨੂੰ ਹੁਕਮ ਹੈ, ਬੇਇਨਸਾਫੀ ਰੱਤੀ ਮਾਤਰ ਨਹੀਂ ਕਰ ਸਕਦਾ ਆਪਣੇ ਵੱਲੋਂ, ਇਸ ਕਰਕੇ ਮੈਂ ਇਹਨਾਂ ਦੇ ਕੀਤੇ ਕਰਮਾਂ ਦਾ ਫਲ ਹੀ ਭੁਗਤਾ ਰਿਹਾ, ਮੈਂ ਆਪਣੇ ਵੱਲੋਂ ਇਹਨਾਂ ਨੂੰ ਸਜ਼ਾ ਜਾਂ ਜਜ਼ਾ ਨਹੀਂ ਦੇ ਸਕਦਾ। ਹਾਂ ਜੇਕਰ ਤੁਸੀਂ ਇਹਨਾਂ ਨੂੰ ਛੁਡਾਉਣਾ ਹੈ, ਤੁਹਾਡੇ ਚਿੱਤ ਵਿੱਚ ਦਇਆ ਆ ਗਈ ਹੈ,
ਤਾਂ ਇਹਨਾਂ ਦੇ ਪਾਪਾਂ ਦੇ ਬਦਲੇ ਕੁਛ ਪੁੰਨ ਦੇ ਦਿਓ, ਫਿਰ ਤਾਂ ਮੈਂ ਛੱਡ ਦਿਆਂਗਾ। ਸੁਤੰਤਰ ਛੱਡਣ ਨੂੰ ਮੈਂ ਸਮਰੱਥ ਨਹੀਂ ਹਾਂ। ਜਦੋਂ ਇੰਨੀ ਗੱਲ ਧਰਮ ਰਾਜਾ ਨੇ ਕਹੀ, ਉਸ ਮੌਕੇ ਜਨਕ ਜੀ ਨੇ ਸੋਚਿਆ ਵੀ ਸਭ ਤੋਂ ਵੱਡਾ ਪੁੰਨ ਕਿਹੜਾ ਹੈ। ਦੁਨੀਆਂ ਦੇ ਵਿੱਚ ਪਾਪਾਂ ਪੁੰਨਾਂ ਦੇ ਦਰਜੇ ਹਨ, ਕੋਈ ਪੈਸਾ, ਕੋਈ ਦੋ ਪੈਸੇ, ਕੋਈ ਅੰਨਾ, ਕੋਈ ਦੋ ਆਨੇ, ਕੋਈ ਚਾਰ ਆਨੇ, ਕੋਈ ਅੱਠ ਆਨੇ। ਇਸੀ ਤਰ੍ਹਾਂ ਹੀ ਸੋਲਾਂ ਆਨੇ ਪਾਪ ਰੱਬ ਨੂੰ ਭੁੱਲ ਜਾਣਾ ਹੈ। ਰੁਪਈਏ ਵਿੱਚ ਸੋਲਾਂ ਆਨੇ ਪੁੰਨ ਪਰਮੇਸ਼ੁਰ ਨੂੰ ਯਾਦ ਰੱਖਣਾ ਹੈ। ਇਉਂ ਦੱਸਦੇ ਹਨ, ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਅਗਨੀ ਉਧਰ ਮਾਂ ਹੈ, ਸੁਣ ਕੇ ਜਮ ਕੇ ਦੂਤ, ਨਾ ਤੇਰੇ ਛੱਡ ਜਾ ਹੈ। ਭਵਜਲ ਵਿਖਮ ਸਗਾ, ਗੁਰਸ਼ਬਦੀ ਪਾਰ ਪਾਰ, ਕਲਮੇ ਹੁਕਮ ਗੁਣ ਗੋਬਿੰਦ ਕਾ। ਕਲਯੁਗ ਦੇ ਵੀ ਸਭ ਤੇ ਵੱਡਾ ਪਰਮੇਸ਼ੁਰ ਨੂੰ ਯਾਦ ਰੱਖਣਾ ਹੈ। ਸੋਚਿਆ ਇਹਨਾਂ ਪਾਪੀਆਂ ਦੇ ਪਾਪਾਂ ਦੇ ਬਦਲੇ ਕੁਛ ਥੋੜਾ ਬਹੁਤ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਦੇ ਦਿੰਦੇ। ਉੱਥੇ ਪਾਪ ਤੇ ਪੁੰਨ ਤੋਲੇ ਜਾਂਦੇ ਹਨ। ਇਉਂ ਕਹਿਣ ਲੱਗੇ, ਅੱਛਾ ਧਰਮ ਰਾਜਾ ਤਕੜੀ ਤਿਆਰ ਕਰ, ਇੱਕ ਪਰੜੇ ਵਿੱਚ ਜਿਤਨੇ ਨਾਰਕੀ ਜੀਵ ਹਨ ਸਭਨਾਂ ਦੇ ਪਾਪਾਂ ਦਾ ਫਲ ਪਾ ਲੈ, ਔਰ ਦੂਸਰੇ ਪੱਲੇ ਵਿੱਚ ਮੈਂ ਥੋੜਾ ਬਹੁਤ ਭਜਨ ਕਰ ਦਿੰਦਾ, ਉਹਦਾ ਮਹਾਤਮ ਪਾ ਕੇ ਤੋਲ ਕੇ ਦੇਖ ਲੈ, ਜਦੋਂ ਬਰਾਬਰ ਹੋ ਜਾਏਗਾ ਮੈਂ ਭਜਨ ਕਰਨ ਨੂੰ ਹਟ ਜਾਵਾਂਗਾ। ਇਉਂ ਆਪ ਜੀ ਚੌਂਕੜਾ ਮਾਰ ਕੇ ਬੈਠ ਕੇ ਇੱਕ ਵਾਰ ਇੱਕ ਚਿੱਤ ਧਿਆਨ ਦੇ ਸੀ, ਵਿਰਲੇ ਥੋੜੇ ਹਨ ਤਾਂ ਬਹੁਤ ਥੋੜੇ, ਪਰ ਇਹਦੀ ਮਹਿਮਾ ਬਹੁਤ ਵੱਡੀ ਹੈ। ਤਿੰਨ ਕੀ ਬਰਕਤ ਖਾਏ ਅਸੰਖ ਲੱਖ ਕਰੋੜੇ, ਇੱਕ ਚਿੱਤ ਜਾਂ ਇੱਕ ਛਿੰਨ ਧਿਆਇਓ ਕਾਲ ਫਾਸ ਕੇ ਵੀਚ ਨਾ ਆਇਓ, ਇੱਕ ਮਨ ਹੋ ਕੇ। ਇੱਕ ਫਕੀਰ ਕਹਿੰਦਾ ਹੈ, ਜਿਸਨੇ ਸੌ ਸਾਲ ਬੰਦਗੀ ਕੀਤੀ, ਉਹ ਕਹਿੰਦਾ ਹੈ ਮੈਨੂੰ ਸੌ ਸਾਲ ਦੇ ਵਿੱਚ ਇਤਨਾ ਅਨੁਭਵ ਹੋਇਆ ਜੋ ਇੱਕ ਛਿੰਨ ਮਾਤਰ ਖਿਆਲ ਦਾ ਟਕਾ ਹਰੀ ਜਸ ਵਿੱਚ ਹੋ ਜਾਣਾ ਹੈ, ਉਸਦਾ ਕਰੋੜ ਅਸਮੇਹ ਦੀ ਜੱਗ ਦਾ ਫਲ ਹੈ। ਸਵਾਈਓ ਇੱਕ ਮਨ ਇੱਕ ਚਿੱਤ ਧਿਆਉਣ ਦਾ ਬਹੁਤਾ ਮਹਾਤਮ ਹੈ। ਸਹੀਓ ਰਾਜਾ ਜਨਕ ਜੀ ਨੇ ਚੌਂਕੜਾ ਮਾਰ ਕੇ ਇੱਕ ਮਨ ਹੋ ਕੇ ਇੱਕ ਘੜੀ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਕੀਤਾ। ਕਹਿਣ ਲੱਗੇ ਲੈ ਇਹ ਦੂਸਰੇ ਪਲੜੇ ਵਿੱਚ ਪਾ, ਔਰ ਡੰਡੀ ਤੋਂ ਫੜ ਕੇ ਤਕੜੀ ਨੂੰ ਉਠਾ, ਜੇਕਰ ਕਾਫੀ ਹਵਾ ਨਹੀਂ ਕੁਛ ਹੋਰ ਕਰ ਦਿਆਂਗੇ। ਜਿਸ ਵਕਤ ਉਪਰੋਂ ਡੰਡੀ ਤੋਂ ਫੜ ਕੇ ਤਕੜੀ ਉਠਾਈ ਤਾਂ ਕੀ ਖੇਲ ਦੇਖਿਆ, ਇੱਕ ਘੜੀ ਦੇ ਸਿਮਰਨ ਦੇ ਮਹਾਤਮ ਵਾਲਾ ਜੋ ਪਰੜਾ ਸੀ ਉਹ ਧਰਤੀ ਤੋਂ ਨਹੀਂ ਉੱਠਿਆ। ਜਿਸ ਪਰੜੇ ਵਿੱਚ 84 ਨਾਰਕੀ ਜੀਵਾਂ ਦੇ ਪਾਪਾਂ ਦਾ ਫਲ ਪਾਇਆ ਹੋਇਆ ਸੀ ਉਹ ਬਹੁਤ ਉੱਚਾ ਚਲਾ ਗਿਆ। ਯਾਨੀ ਜ਼ਾਹਰ ਕੀਤਾ ਵੀ ਘੜੀ ਸਿਮਰਨ ਦੇ ਮਹਾਤਮ ਦਾ ਫਲ ਸਾਰੇ ਨਾਰਕੀ ਜੀਵਾਂ ਦੇ ਪਾਪਾਂ ਦੇ ਮਹਾਤਮ ਨਾਲੋਂ ਬਹੁਤਾ ਵੱਧ ਗਿਆ। ਇਉਂ ਉੱਥੇ ਹੀ ਦੱਸਿਆ ਹੈ ਨਾ, ਨਕੋ ਛੁੱਟੇ ਜੀ ਜੰਤ, ਗਲੋਂ ਕੱਟੀ ਸਿਲਕ ਜਮ ਫਾਸੀ, ਮੁਕਤ ਜੁਗਤ ਨਾਮੇ ਕੀ ਦਾਸੀ, ਧੰਨ ਧੰਨ ਰਾਜਾ ਜਨਕ ਜਾਂ ਸਿਮਰਨ ਕੀਆ ਬਵੇ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ।
ਐਸਾ ਸਿਮਰਨ ਜਾਣ ਕੇ ਸੁਣਤਾ ਪਕੜੀ ਤੇ ਨਾਨਕ ਸਿਮਰਨ ਸਾਰ ਹੈ ਵਿਸਰੇ ਘੜੀ ਨਾ ਇਹੋ ਇੱਕ ਘੜੀ ਦੇ ਸਿਮਰਨ ਦੇ ਬਦਲੇ ਸਾਰੇ ਨਰਕ ਖਾਲੀ ਕੀਤੇ ਸਾਰੇ ਗ੍ਰੰਥਾਂ ਸ਼ਾਸਤਰਾਂ ਵਿੱਚ ਇਹ ਪ੍ਰਸਿੱਧ ਹੈ ਗੱਲ ਜਾਂ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ ਗੁਰਮੁਖ ਕਰੋੜਾਂ ਦਾ ਉਧਾਰ ਕਰਦਾ ਹੈ ਇੱਕ ਨਾਮ ਦੀ ਕਣੀ ਦੇ ਆਪ ਇੱਕ ਕੋਈ ਰਾਜਾ ਵੀਰ ਯਾਤਰਾ ਕਰਦਾ ਫਿਰਦਾ ਪਿਛਲੇ ਸਮਿਆਂ ਦੇ ਰਾਜੇ ਮਹਾਰਾਜੇ ਵੀਰ ਯਾਤਰਾ ਕਰਦੇ ਹਨ ਵੀਰ ਯਾਤਰਾ ਕਿਹਨੂੰ ਕਹਿੰਦੇ ਹਨ ਆਪਣਾ ਭੇਸ ਬਦਲ ਕੇ ਰਾਤ ਨੂੰ ਪਬਲਿਕ ਦੇ ਵਿੱਚ ਫਿਰਨਾ ਦੇਖਣਾ ਦੁਖੀ ਸੁਖੀ ਕੌਣ ਹੈ ਦੁਖੀ ਹੋਣਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ ਸੁਖੀ ਦੇਖ ਕੇ ਪ੍ਰਸੰਨ ਹੋਣਾ ਜਾਂ ਬੜੀ ਖੇਚਨ ਨਾਲ ਇਨਸਾਨ ਤੇ ਨਿਆਂ ਕਰਦੇ ਸਨ ਜੋ ਖੁਫੀਆ ਪੁਲਿਸ ਅੱਜ ਕੰਮ ਕਰਦੀ ਹੈ ਰਾਜੇ ਖੁਦ ਕਰਿਆ ਕਰਦੇ ਸਨ ਜਾਂ ਰਾਜਾ ਵੀਰ ਯਾਤਰਾ ਕਰਦਾ ਫਿਰਦਾ ਹੈ ਭੇਸ ਪੁਟਾਇਆ ਇੱਕ ਥਾਂ ਚੋਰ ਬੈਠੇ ਤਿੰਨ ਚਾਰ ਇਹ ਵੀ ਉੱਥੇ ਪਹੁੰਚ ਗਿਆ ਸੋ ਉਹ ਪੁੱਛਦੇ ਹਨ ਤੂੰ ਕੌਣ ਹੈ ਰਾਜਾ ਕਹਿੰਦਾ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਚੋਰ ਹਾਂ ਰਾਜਾ ਕਹਿੰਦਾ ਮੈਂ ਵੀ ਚੋਰ ਹਾਂ ਖੈਰ ਬੈਠ ਗਿਆ ਪੁੱਛਣ ਲੱਗੇ ਆਪਣੀ ਆਪਣੀ ਸਿਫਤ ਦੱਸੋ ਕੀ ਗੁਣ ਹੈ ਇੱਕ ਕਹਿਣ ਲੱਗਾ ਮੇਰੇ ਵਿੱਚ ਇਹ ਗੁਣ ਹੈ ਜਿੱਥੇ ਮੈਂ ਚਲਿਆ ਜਾਵਾਂ ਉੱਥੇ ਕਿੰਨੇ ਪਹਿਰੇ ਕਿੰਨੇ ਕੁੱਤੇ ਜ਼ਬਰਦਸਤ ਲੱਗੇ ਹੁਣ ਸਾਰੇ ਸੁਸਤਰੀ ਵਾਂਗੂ ਸੌਂ ਜਾਂਦੇ ਇਹ ਮੇਰੇ ਵਿੱਚ ਗੁਣ ਹੈ ਕਹਿੰਦੇ ਬੜਾ ਅੱਛਾ ਗੁਣ ਹੈ ਤੇ ਦੂਜੇ ਨੂੰ ਕਹਿਣ ਲੱਗੇ ਤੂੰ ਦੱਸ ਉਹ ਕਹਿੰਦਾ ਮੇਰੇ ਵਿੱਚ ਇਹੋ ਜਿਹਾ ਗੁਣ ਹੈ ਇੱਡੇ ਵੱਡੇ ਮਜ਼ਬੂਤ ਜਿੰਦਰੇ ਲੱਗੇ ਹੋਣ ਜਿੱਥੇ ਤਾਂ ਮੈਂ ਹੱਥ ਲਾਉਣ ਦੀ ਦੇਰ ਹੈ ਤੜਕ ਦੇ ਕੇ ਖੁੱਲ ਜਾਂਦੇ ਇਹ ਵੀ ਵੱਡਾ ਗੁਣ ਹੈ ਤੀਜੇ ਨੂੰ ਪੁੱਛਿਆ ਤੂੰ ਦੱਸ ਕਹਿਣ ਲੱਗਾ ਮੈਂ ਸੁੰਘ ਕੇ ਦੱਸ ਦਿੰਦਾ ਵੀ ਇੱਥੇ ਕਿੰਨਾ ਧਨ ਹੈ ਇਹ ਬਹੁਤ ਅੱਛਾ ਗੁਣ ਹੈ ਸੋ ਇਹ ਰਾਜਾ ਸੀ ਇਹਨੂੰ ਵੀ ਕਹਿਣ ਲੱਗੇ ਤੂੰ ਵੀ ਦੱਸ ਬਈ ਨਵਾਂ ਚੋਰ ਸਰਜਣ ਮਿਲਿਆ ਤੇਰੇ ਚ ਕੀ ਗੁਣ ਹੈ ਉਹ ਕਹਿੰਦਾ ਮੇਰੇ ਚ ਇਹ ਗੁਣ ਹੈ ਜੇ ਮੈਂ ਥੋੜੀ ਜਿਹੀ ਦਾੜੀ ਹਿਲਾ ਦਿਆਂ ਹਜ਼ਾਰਾਂ ਲੱਖਾਂ ਨੂੰ ਛੁਡਾ ਸਕਦਾ ਇਹ ਸੁਣ ਕੇ ਬੜੇ ਖੁਸ਼ ਹੋਏ ਕਹਿਣ ਲੱਗੇ ਆਪਾਂ ਨੂੰ ਇਹੋ ਜਿਹੇ ਆਦਮੀ ਦੀ ਵੀ ਲੋੜ ਹੈ ਕਿਤੇ ਫਸ ਜਾਈਦਾ ਇਹੋ ਜਿਹਾ ਜ਼ਰੂਰ ਚਾਹੀਦਾ ਸਾਰਿਆਂ ਤੋਂ ਚੰਗਾ ਗੁਣੇ ਦੇ ਵਿੱਚ ਕਹਿਣ ਲੱਗੇ ਆਪਾਂ ਲਾਓ ਕਿਤੇ ਪਾਰ ਸਾਰਿਆਂ ਨੇ ਸਲਾਹ ਕੀਤੀ ਵੀ ਰਾਜਾ ਦੇ ਖਜ਼ਾਨੇ ਨੂੰ ਪਾੜ ਲਾਓ ਹੋਰ ਮਾੜੇ ਮੋਟੇ ਤਾਂ ਕੀ ਹੈ ਚੱਲ ਪਏ ਉੱਧਰ ਨੂੰ ਆਪਣੇ ਆਪਣੇ ਗੁਣ ਜ਼ਾਹਰ ਕੀਤੇ ਜਿਹੜਾ ਕਹਿੰਦਾ ਸੀ ਜਿੱਦਣ ਮੈਂ ਚਲਾ ਜਾਵਾਂ ਸਾਰੇ ਸੁਸਰੀ ਮੰਗ ਸੁਣਦੇ ਚਲੇ ਜਾਂਦੇ ਬੜੇ ਬੜੇ ਕੁੱਤੇ ਛੱਡੇ ਸਨ ਜਿਹੜੇ ਬੁਲਡੋਗ ਸਾਰੇ ਸੰਤਰੀ ਖੜੇ ਸੀ ਸਾਰੇ ਹੀ ਸੌਂ ਗਏ ਕਿਸੇ ਨੂੰ ਪਤਾ ਤੱਕ ਨਹੀਂ ਆਰਾਮ ਨਾਲ ਲੰਘ ਗਏ ਦੂਜਾ ਜਿਹੜਾ ਕਹਿੰਦਾ ਸੀ ਕਿਤੇ ਮਜ਼ਬੂਤ ਜਿੰਦਰੇ ਲੱਗੇ ਹੁਣ ਹੱਥ ਲਾਉਣ ਦੀ ਦੇਰ ਹੈ ਤੜਕ ਮੰਗ ਤੜਕ ਦੇ ਕੇ ਖੁੱਲ ਜਾਂਦੇ ਇਸੀ ਤਰ੍ਹਾਂ ਜਿਹੜਾ ਖਜ਼ਾਨਾ ਸੀ ਉਹਨੇ ਜਾ ਕੇ ਹੱਥ ਲਾਇਆ ਬੜਾ ਮਜ਼ਬੂਤ ਜਿੰਦਾ ਲੱਗਿਆ ਸੀ ਤੜਕ ਦੇ ਕੇ ਡਿੱਗ ਪੈਂਦਾ ਦਰਵਾਜ਼ਾ ਖੋਲ ਕੇ ਅੰਦਰ ਚਲੇ ਗਏ ਜਿਹੜਾ ਕਹਿੰਦਾ ਸੁੰਘ ਕੇ ਮੈਂ ਦੱਸ ਦਿੰਦਾ ਇੱਥੇ ਇਹਨਾਂ ਥਾਣਾ ਹੈ
ਉਹ ਕਹਿੰਦੇ ਐ ਸਾਰੇ ਹੀਰੇ ਪਏ ਨੇ, ਹੋਰ ਮੋਟੀਆਂ ਗੱਲਾਂ ਕੀ ਚੱਕਣੀਆਂ ਹਨ, ਬੜੀ ਕੀਮਤੀ ਚੀਜ਼ ਥੋੜੀ ਚੱਕੋ, ਕੀਮਤ ਵੱਧਦੀ ਹੋਵੇ ਇੱਥੋਂ ਕੱਟ ਲਓ। ਟੋਕਲੀ ਬੰਨ ਲਈ ਹੀਰਿਆਂ ਦੀ, ਸੋ ਇਸੀ ਤਰ੍ਹਾਂ ਬਾਹਰ ਆ ਗਏ ਚੋਰੀ ਕਰਕੇ। ਉਹ ਰਾਜਾ ਵੀ ਨਾਲ ਸੀ, ਉੱਥੋਂ ਉਹਨਾਂ ਤੋਂ ਅਲਹਿਦਾ ਹੋ ਗਿਆ। ਉਹ ਜਦੋਂ ਤਿੰਨੇ ਚਲੇ ਗਏ, ਕਹਿੰਦੇ ਵੀ ਚੌਥਾ ਆਦਮੀ ਆਪਣੇ ਨਾਲ ਜਿਹੜਾ ਸੀ ਕਿੱਧਰ ਚਲਾ ਗਿਆ, ਸਾਰੇ ਇੱਥੇ ਆਉਣਾ ਹੀ ਕਿਤੇ ਕੋਈ ਗੱਲ ਨੀ। ਦੂਸਰੇ ਦਿਨ ਰਾਜਾ ਨੇ ਹੁਕਮ ਜਾਰੀ ਕਰ ਦਿੱਤਾ ਵੀ ਰਾਤ ਜੋ ਖਜ਼ਾਨੇ ਨੂੰ ਪਾਰ ਲੱਗਿਆ ਹੈ ਉਹਨਾਂ ਚੋਰਾਂ ਨੂੰ ਢੂੰਡੋ। ਪੁਲਿਸ ਨੇ ਢੂੰਡ ਲਏ, ਫੜ ਲਿਆਂਦੇ, ਰਾਜਾ ਤਖ਼ਤ ਤੇ ਬੈਠਾ ਹੈ, ਸਾਹਮਣੇ ਖੜੇ ਹਨ। ਪੁੱਛਣਗੇ ਕਿਉਂ ਬਈ ਤੁਸੀਂ ਚੋਰੀ ਕੀਤੀ? ਕਹਿਣ ਲੱਗੇ ਜੀ ਹਾਂ ਕੀਤੀ ਹੈ, ਕਿਵੇਂ ਕੀਤੀ ਸਾਰੀ ਸਾਰੀ ਗੱਲ ਦੱਸੀ ਵੀ ਸਾਡੇ ਚ ਆਗਮਨ ਸੀ, ਇਉਂ ਰਾਤ ਚੋਰੀ ਕਰਕੇ ਅਸੀਂ ਇਹ ਟੋਕਲੀ ਬਈ ਹੀਰੇ ਲਾਲ ਜਵਾਹਰ ਦੀ ਚੱਕ ਨੂੰ ਇਹ ਲੈ ਗਏ। ਕਹਿਣਗੇ ਫਿਰ ਤੁਹਾਨੂੰ ਦੱਸੋ ਹੁਣ ਕੀ ਸਜ਼ਾ ਮਿਲਣੀ ਚਾਹੀਦੀ ਹੈ? ਉਹ ਤਿੰਨ ਉਹ ਭਾਵ ਕੇ ਵੀ ਰਾਤ ਵਾਲਾ ਇਹੀ ਦਿੰਦਾ ਹੈ। ਕਹਿਣ ਲੱਗੇ ਦੇਖੋ ਸਰਕਾਰ, ਅਸੀਂ ਤਾਂ ਆਪਣਾ ਆਪਣਾ ਗੁਣ ਜ਼ਾਹਰ ਕਰਤਾ ਤੇ ਪ੍ਰਗਟ ਵੀ ਕਰਕੇ ਦਿਖਾ ਦਿੱਤਾ, ਹੁਣ ਤੁਸੀਂ ਆਪਣਾ ਵੀ ਗੁਣ ਜ਼ਾਹਰ ਕਰੋ, ਦਾੜੀ ਹਿਲਾ ਦਿਓ ਬਸ। ਇਹ ਗੱਲ ਕਹਿਣ ਦੀ ਦੇਰ ਸੀ, ਰਾਜਾ ਖੁਸ਼ ਹੋਇਆ। ਕਹਿਣਾ ਅੱਗੇ ਵਾਸਤੇ ਚੋਰੀ ਛੱਡੋ, ਤੁਹਾਨੂੰ ਚੰਗੀ ਅੱਛੀਆਂ ਪੋਸਟਾਂ ਦੇ ਦਿੰਦੇ ਹਾਂ, ਚੰਗੇ ਤੁਹਾਨੂੰ ਜਾਇਦਾਦਾਂ ਦੇ ਦਿੰਦੇ। ਕਹਿਣਗੇ ਫਿਰ ਅਸੀਂ ਕਿਉਂ ਚੋਰੀਆਂ ਕਰਨੀਆਂ? ਇਸ ਤਰੀਕੇ ਫਿਰ ਜਿਵੇਂ ਉਸਨੇ ਦਾੜੀ ਹਿਲਾ ਕੇ ਕਹਿੰਦਾ ਸੀ ਮੈਂ ਲੱਖਾਂ ਨੂੰ ਹਜ਼ਾਰਾਂ ਨੂੰ ਬਰੀ ਕਰ ਦਿੰਦਾ, ਇਹ ਤਾਂ ਰਾਜਾ ਜਨਕ ਜੀ ਨੇ ਇੱਕ ਘੜੀ ਦਾ ਸਿਮਰਨ ਦੇ ਕੇ ਸਾਰੇ ਨਗਦ ਖਾਲੀ।